ਸੋਹਣਾ ਜੋ ਆ ਗਿਆ ਅੱਜ ਮੇਰੇ ਬਾਪੂ ਦਾ ਹੈ ਸੋਹਣਾ ਮਲਕ ਬਈ ਮਲਕ ਬਈ ਸਾਹਿਬ ਆਫ ਲੰਗਰ ਔਰ ਜਨਾਬ ਰਾਜਾ ਖੇਸਰ ਉਸ ਬਿਲਾ ਇਹਨਾਂ ਸਾਥੀ ਨਿਚਾਰ ਦੇ ਮੁਤਾਬਕ ਔਰ ਜਨਾਬ ਸਾਰੇ ਬਾਈ ਰਾਜਾ ਦਰੀਸ ਆਫ ਦਿਆਲੀ ਔਰ ਜਨਾਬ ਅੰਜ ਮਹਿਫਲ ਦੇ ਵਾਨੀ ਜਨਾਬ ਚੌਧਰੀ ਖਾਲਸ ਆਫ ਰਾਖਾ ਸਾਥੀ ਨੀ ਚਾਰ ਚਾਰ ਮੈਂ ਕੋਸ਼ਿਸ਼ ਕਰ ਸਕ ਜਿਸ ਤਰ੍ਹਾਂ ਫਰਮਾਇਸ਼ ਕੀਤੀ ਰਾਖਾ ਜਿਤਨੇ ਵੀ ਇੰਤਜ਼ਾਮੀਆ ਟੀਮ ਸਾਰੇ ਖਸੂਸੀ ਚਾਹ ਜਨਾਬ ਇੱਕ ਦੋ ਬੋਲ ਮੈਂ ਕੋਸ਼ਿਸ਼ ਕਰ ਸਕਦਾ ਸਾਥੀ ਸਾਹਮਣੇ ਅੱਛੇ ਤਰੀਕੇ ਨਾਲ ਪੇਸ਼ ਕਰਾਂ ਤੁਸੀਂ ਕਮਾਲ ਹੋਣੀ ਕਿਸੇ ਆਖਿਆ ਕਿ ਜਨਾਬ ਖਿਜ਼ਰ ਬਿੱਲਾ ਔਰ ਰਾਖਾ ਔਰ ਜਨਾਬ ਸਾਰੇ ਭਾਈ ਮਲਕ ਭਾਈ ਸਾਹਿਬ ਇਹਨਾਂ ਪੇਸ਼ ਨਜ਼ਰ ਲੱਭੇ 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 ਯਾ ਰਸੂਲ ਅੱਲਾ ਲੱਭੇ 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 ਯਾ ਰਸੂਲ ਅੱਲਾ ਤਾਜਦਾਰੇ
ਚਾਂਦੀ ਕਬੂਲ ਆਰਫ ਖੜੀ ਮੀਆਂ ਮੁਹੰਮਦ ਬਖਸ਼ ਰਹਿਮਤੁੱਲਾ ਅਲੈਹ ਸਰਕਾਰ ਨੇ ਸਾਥੀਆਂ ਦੀ ਨਜ਼ਰ ਹਰ ਕੋਈ ਆ
ਇਸ਼ਕ ਪਸੰਦ Thank you.
ਫਰਕ ਜੇ ਤੁਸੀਂ ਸਾਥੀਆਂ ਨੂੰ ਨਜ਼ਰ ਕਰਨੇ ਆ ਥੋੜਾ ਜਿਹਾ ਤਰਜ਼ੇ ਬਿਆਨ ਤਬਦੀਲ ਕਰੀਦਾ ਹੈ ਸਰਵਦਾਨ ਚੌਧਰੀ ਅਦਰੀਸ਼
ਕਰੋ ਸ਼ੁਕਰ ਲਖਵਾਰੇ।
Thank you.
ਮਾਈ ਹੋਵੇ ਤੇਰੇ ਹੋਰ ਚੜਾਵਾਂ ਬਾਪ ਕੋਲੋਂ ਕਿਵੇਂ ਮੰਗਾ ਆਵਾਜ਼ ਕੀ ਆਖਿਆ ਸਾਥੀਆਂ ਦੀ ਜਾਨ ਨਾਲ ਸਾਡੇ ਬਾਈਏ ਬਾਬਾ
ਬਾਬਾ ਇਲਿਆਸ ਸਾਹਿਬ ਉਹਨਾਂ ਦੀ ਯਾਦ ਨੂੰ ਸਾਡੇ ਭਾਈਏ ਰਾਜਾ ਅਨਵਾਰ ਉਰਫ ਨਾਰੀ ਫਖਰੇ ਸਾਂਗ ਇੱਕ ਨਾਗ ਬਾਗ ਜਾਂ ਜੋ ਉਹਨਾਂ ਦੀ ਮਰਜ਼ੀ ਹੈ ਉਹ ਸਾਥੀਆਂ ਦੀ ਨਜ਼ਰ ਕਰਸਣ, ਫਿਰ ਥੋੜਾ ਜਿਹਾ ਵਕਫਾ ਕਰਨੇ ਆ, ਉਸ ਤੋਂ ਬਾਅਦ ਫਿਰ ਸ਼ੇਰਾਂ ਦੀ ਦੁਨੀਆ ਜੁਨੀਆ ਬਿਸਮਿਲਾ ਜੀ ਰਾਜ ਸਾਹਿਬ ਚੁਣੀ
ਮੰਗੋ ਤਾਂ ਲੱਭ ਪਿਆ ਦੇਵਦਾਈ ਸਤਿਕਾਰ ਮੁਹੰਮਦ ਨੇ ਜੋੜਿਆ ਨਾ ਸਿਖਾਈ ਜਾਂਦੇ ਰੱਬ ਦੇ ਜਾਂਦਾ ਤੋ ਸਰਕਾਰ ਨੇ ਬੜੇ ਖੂਬਸੂਰਤ ਚ ਬੋਲੇ ਤੇਰਾ ਸਦੀਆ ਰਵੇ ਦਰਬਾਰ ਮਦੀਨੇ ਵਾਲੜਿਆ ਸਤ ਕਦਮਾ ਵਸਕਾਰ ਮਦੀਨੇ ਵਾਲੜਿਆ ਤੇਰਾ ਸੱਜਿਆ ਰਵੇ ਦਰਬਾਰ ਮਦੀਨੇ ਵਾਲੜਿਆ ਸਦ ਕਦਮਾ ਵਸ਼ਕਾਰ ਮਦੀਨੇ ਵਾਲੜਿਆ ਮਦਨੀ ਮਦੀਨੇ ਵਾਲੜਿਆ ਅਸੀਂ ਰੌਣਕਾਂ ਲਾਈਆਂ ਹੋਈਆਂ ਨਾਰਾ ਮਾਰਿਆ ਨਾਰਾ ਮਾਰਿਆ ਹੋ ਰੁੜਦਾ ਜਗਾ ਸਾਂਬਲਾਈ ਨੇ ਤਾਰ ਆਏ ਨਾਰਾ ਮਾਰਿਆ ਹੋ ਰੁੜਦਾ ਜਾਂਦਾ
ਆਹ ਕੋਈ ਨਹੀਂ ਕੋਈ ਨਹੀਂ।
ਰੰਗ ਨਹੀਂ ਤਰਿਆ ਡੰਡੇ ਤੱਕ ਕਿਸੇ ਕੋਲ ਕਿਲੇ ਜੇ ਡੰਡਾ ਕੋਲ ਇਸਨੇ ਦੋ ਤਰਿਆਂ ਤੋਂ ਡੈਕ ਨਜ਼ਰ ਮਾਰੋ ਸਹੀ ਗੋੜਾ ਨਾ ਮੰਗੋ ਨਹੀਂ ਹੋ ਜਾ ਨਦੀਮ ਟੋਲ ਟਾਟ ਕਰ ਨਦੀਮ ਲਈ ਆ ਤੂੰ ਆਪਣੇ ਮਾਰ ਦੇ ਜਾਵਣ ਜਾਂਦੀ ਆ ਕੇ ਤੇ ਤਬੋ ਚੱਲ ਲੱਗ ਨਹੀਂ ਆਇਆ ਜਾ ਕੇ ਤਾਂ
ਕਿਆ ਬਣਾ ਇਸ
ਆਪਣੇ ਆਪਣੇ ਸ਼ੌਕ ਦੀ ਗੱਲ ਹੈ। ਸਾਡੇ ਇਹ ਮੋਹਤਰਮ ਇਹਨਾਂ ਦੇ ਦਿਲਾਂ ਨੇ ਜਿਹੜਾ ਠੜਕ ਸਾ, ਚਲੋ ਉਹ ਵੀ ਪੂਰਾ ਹੋ ਗਿਆ। ਉਮਰ ਨੇ ਵੀ ਕੁਝ ਤਕਾਜ਼ੇ ਐਸੇ ਹੋਣੇ ਕਿ ਕੁਝ ਬੰਦਿਆਂ ਨੇ ਆਉਣੇ ਤਾਂ ਸਾਰਿਆਂ ਹੀ ਨੇ ਚਾਹੀਦੇ, ਲੇਕਿਨ ਕੁਝ ਬੰਦਿਆਂ ਨੇ ਇਸ ਉਮਰਾਂ 'ਚ ਵੀ ਦਿਲ ਜਵਾਨ ਆਉਣੇ, ਕਿਉਂਕਿ ਮਾਮਲਾ ਹੀ ਸਾਰਾ ਦਿਲ ਲਾਇਆ ਹੋਇਆ। ਰਾਜਾ ਸਮੁੰਦ ਸਰਕਾਰ ਚੰਗੀ ਹੈ ਦੇ ਆਖਣੇ ਆਵਾਜ਼ ਕੀਤੀ, ਆਖਿਆ ਮਤਾਂ
ਸ਼ੇਰ ਵੀ ਜਿਹੜਾ ਮੈਂ ਸਾਥੀਆਂ ਦੀ ਨਜ਼ਰ ਕਰਨ ਲਾ, ਇਹ ਵੀ ਬਾਵੇ ਜ਼ਮੂਰ ਸਰਕਾਰ ਨੇ ਲਿਖਿਆ। ਇਸਲੀ ਚਾਹਤ ਸੀ ਸਾਡੇ ਪਾਈਏ ਨੰਬਰਦਾਰ ਚੌਧਰੀ ਅਮਜਿਤ ਸਾਹਿਬ, ਆਪਣਾ ਕਸ਼ਮੀਰ ਪੁਠਵਾਰੀ ਵੀ ਚੈਨਲ ਲਬਾਨੀ ਹੈ ਜਿਹੜੇ ਹਲ ਮੁਕਿਮ ਯੂਕੇ, ਔਰ ਸਾਡੇ ਭਾਈ ਰਾਜਾ ਤਨਵੀਰ ਗਿਆਨੀ ਹਲ ਮੁਕਿਮ ਯੂਕੇ ਬੋਲਟਨ, ਔਰ ਗਿਆਨੀ ਗਰੁੱਪ ਵਾਲੇ ਜਿਤਨੇ ਸਾਥੀ ਵੀ ਯੂਕੇ ਚ ਗਿਆ ਮਜ਼ੀਰ ਹੈ ਉਹਨਾਂ ਸਾਰਿਆਂ ਦੀ ਚਾਹਤ, ਔਰ ਖਸੂਸੀ ਚਾਹਤ ਸਾਡੇ ਆਦਿਲ ਮੌਸਮ ਸਾਡੇ ਭਾਈ ਜਨਾਬ ਰਾਜਾ ਪਰਵੇਸ ਸਾਹਿਬ ਲੰਗਰ ਪਖੜਾਲ ਲਾਲ ਤਲਕ, ਔਰ ਸਾਡਾ ਅਜ਼ੀਜ਼ਾ ਮੀਆਂ ਸ਼ਮਰੇਜ਼ ਔਰ ਫਰੇਜ ਹਾਲ ਮੁਕੀਮ ਸਾਊਦੀ ਅਰਬ, ਉਹਨਾਂ ਦੀ ਯਾਦ ਨਾਲ ਇਹ ਸ਼ੇਰ ਮੈਂ ਸਾਥੀਆਂ ਦੀ ਨਜ਼ਰ ਕਰਨਾ ਆਇਆ। Yeah.
ਇੱਕ ਸ਼ੇਰ ਸਾਡੇ ਭਾਈ ਹੁਣ ਦਿੱਤਾ ਵੀ ਕੀ ਕਾਗਜ਼ ਤੇ ਲਿਖਾਈ ਹੋਇਆ ਅਜ਼ੀਜ਼ ਸਾਹਿਬ ਉਹਨਾਂ ਨੇ ਯਾਦ ਨਾਲ ਹੀ ਇਹ ਸ਼ੇਰ ਮੈਂ ਸਾਥੀਆਂ ਦੀ ਨਜ਼ਰ ਕਰਨਾ ਆਵਾਜ਼ ਕੀਤੀ ਆਖਿਆ
ਇੱਕ ਸ਼ੇਰ ਸਾਥੀਆਂ ਦੀ ਨਜ਼ਰ ਮੈਂ ਕਰਨਾ ਜੀ ਔਰ ਰਗਜ਼ੇਬ ਸਾਹਿਬ ਇਹਨਾਂ ਦਾ ਤਲਕ ਕੀਤਾ ਜੀ ਲੰਗਰ ਨਾਲਾ ਜੀ ਸ਼ੇਰ ਕਾਗਜ਼ ਤੇ ਲਿਖਾਈ ਹੋਇਆ ਮੈਂ ਕੋਸ਼ਿਸ਼ ਕਰਨਾ ਕਿ ਅੱਛੇ ਤਰੀਕੇ ਨਾਲ ਮੈਂ ਪੇਸ਼ ਕਰ ਸਕਾਂ ਆਵਾਜ਼ ਕੀਤੀ ਆਖਿਆ ਖਸੂਸੀ ਚਾਹ ਜਨਾਬ ਇਸ ਸ਼ੇਰ ਨੀ ਅਸਲ ਭਾਈ ਚਾਹ ਕਰਨੇ ਰਾਜਾ ਦਰੀ ਸਾਫ ਰਾਖਾ
ਉਹ ਜਨਾਬ ਸਾਡੇ ਬਾਈ ਲਲਾ ਤੋਂ ਤਸ਼ਰੀਫ ਫਰਮਾਏ ਕਾਮੀ ਸਾਹਿਬ, ਇਹਨਾਂ ਦੀ ਪੇਸ਼ੇ ਨਜ਼ਰ ਤੇ ਇਕਬਾਲ ਦੋੜੀ ਕਿਸ ਤਰ੍ਹਾਂ ਆਖਿਆ ਕਿ ਅਸ਼ਕਦਾਰ ਦੀਵਾਨਾ ਦੀਵਾਨੇ ਕੀ ਆਖਣਾ ਹੈ ਦੀਵਾਨਿਆਂ, ਤੂੰ ਅੱਜ ਛੋੜ ਕੇ ਜਾਣਾ ਪਿਆ, ਜੁਦਾ ਪਿਆ ਹੋਣਾ, ਲੇਕਿਨ ਇਸ ਗੱਲ ਨਾਲ ਧਿਆਨ ਕਰਿਆ, ਖਿਆਲ ਕਰਿਆ ਕਿ ਜਿਸ ਟਾਈਮ ਤੂੰ ਵਾਪਸ ਆ ਸਕੇ ਸ਼ਾਇਦ ਅਸਾਂ ਨਾ ਹੋਵਾਂ, ਇਹ ਬਾਰਾਂ ਇਹ ਖੁਸ਼ੀਆਂ ਨਾ ਹੋਣ। ਤੂੰ ਅਸ਼ਕਦਾਰ ਦੀਵਾਨਾ ਖਿਆਲ ਤੇ ਇਕਬਾਲ ਦੋੜੀ ਕਿਸ ਤਰ੍ਹਾਂ ਆਖਿਆ ਕਿ ਲਿਖਦਾ ਆਪਣੇ ਇਰਾਦੇ ਕੋ ਬਦਲਣਾ ਲੋ, ਆਪਣੇ ਇਰਾਦੇ ਕੋ ਬਦਲਣਾ ਲੋ, ਵਰਨਾ ਉਮਰ ਭਰ ਆਸੂ ਬਹੋਗੇ ਤੁਮ, ਬਾਤ ਬਾਤ ਮੇ ਆਏਗੀ ਯਾਦ ਮੇਰੀ, ਉਹ ਦੂਰ ਜਾ ਕੇ ਬੜਾ ਪਛਤਾਓਗੇ ਤੁਮ। ਬਈ ਕਿਆ ਹੋ ਸੀ ਅੱਜ ਵਾਲਿਆਂ ਕੇ ਜਿਸਨੇ ਦੋਸਤਾਂ ਵਿੱਚ ਵੈਸੇ ਗੱਲਾਂ ਕਰਸੇ ਕਹਾਣੀਆਂ ਕਿਸੇ ਕਰਸੇ, ਉਹਨਾਂ ਵਿੱਚ ਵੀ ਮਾੜੀ ਯਾਦ ਤੁਹਾਡੀ ਸਤਾ ਸੀ। ਰਾਤ ਦੀਆਂ ਤਾਰੀਖੀਆਂ ਵਿੱਚ ਜਿਸਨੇ ਸਤਾਰਿਆਂ ਦਾ ਨਜ਼ਰ ਤੇ ਹੀ ਪੈਸੀ, ਉਹਨਾਂ ਸਤਾਰਿਆਂ ਵਿੱਚ ਵੀ ਮੜ ਕੇ ਲੋੜ ਸੇ, ਬਜਮੇ ਅੰਜਮ ਮੈਂ ਢੂੰਡੋ ਕੇ ਨਕਸ਼ ਮੇਰੇ, ਕਭੀ ਚਾਂਦ ਕੋ ਪਾਸ ਬੁਲਾਓਗੇ ਤੁਮ, ਕਭੀ ਦੀਵਾਰੋਂ ਪੇ ਲਿਖੋਗੇ ਨਾਮ ਮੇਰਾ। ਬਈ ਕਿਆ ਹੋ ਸੀ ਜਵਾਨੇ ਜਿਸਨੇ ਰੋਸੇ ਤੜਫ ਸੇ ਗੁਰਲਾਸੇ, ਕਦੇ ਕੰਨਾਂ ਪਰ ਨਾ ਲਿਖਸੇ, ਕਦੇ ਮਿੱਟੀ ਪਰ ਨਾ ਲਿਖਸੇ, ਕਮੀ ਦੀਵਾਰੋ ਪੇ ਲਿਖੋਗੇ ਨਾਮ ਮੇਰਾ, ਜਾਨੇ ਮਨ ਪਰ ਚੈਨ ਨਾ ਪਾਓਗੇ ਤੁਮ, ਸੂਰਜ ਸ਼ਾਮ ਕਵ ਜਬ ਗਰੂ ਵਿਯੋਗਾ। ਬਈ ਕਿਆ ਹੋ ਸੀ ਜਿਸ ਟਾਈਮ ਸੂਰਜ ਸ਼ਾਮ ਦਾ ਗਰੂ ਹੋ ਸੀ, ਸ਼ਾਮ ਨੇ ਸਾਰੇ ਤਲ ਸੁਣ ਆਈ, ਸੂਰਜ ਸ਼ਾਮ ਚਾਰੋਂ ਤਰਫ ਬਿਗਾਨੋ ਕਾ ਦੇਸ ਹੋਗਾ, ਕੌਣ ਸੁਨੇ ਗਾ ਕਿਸਕੋ ਸੁਣਾਓਗੇ ਤੁਮ, ਇਹ ਦਰਦ ਦਿਲ ਜਬ ਰਾਤ ਸੇ ਪੜ ਜਾਏਗਾ। ਬਈ ਕਿਆ ਹੋ ਸੀ ਕਿਸਨੇ ਦਿਲ ਤੇਰੀ ਤਕਲੀਫ ਹੋ ਸੀ, ਜਿਸਨੇ ਆਪਣੇ ਦੀਵਾਨੇ ਕੀ ਯਾਦ ਕਰਸੇ ਤੇ ਤੜਫ ਸੇ ਗੁਰਲਾ ਸੇ, ਹਾਈ ਦਰਦ ਦਿਲੋ ਜਬ ਹੱਦ ਸੇ ਪੜ ਜਾਏਗਾ, ਫਿਰ ਸਜਦੇ ਮੇ ਸਨਮ ਗਿਰ ਜਾਓਗੇ ਤੁਮ, ਕਿਉਂਕਿ ਡਾ ਦੇ ਬਸੇ ਬਸ ਡਾ ਦੇ ਅੰਦਰ ਅੰਦਰ ਡਾ ਦੇ ਜੋ ਕੁਝ ਕਹਿੰਦਾ ਹੀ ਇੱਕ ਬੰਦੇ ਨਾ ਦਿਲ ਨਾ ਡਾਵੀ ਰੱਬ ਦੇ ਲਾਵੀ ਰਹਿੰਦਾ।
ਨਾਲ ਯਾਦ ਨਾਲ ਇੱਕ ਦੋ ਬੋਲ ਮੈਂ ਸਾਥੀਆਂ ਦੀ ਨਜ਼ਰ ਕਰਨਾ ਖੁਸ਼ੀਆਂ ਖਿਲਾਰ ਲੈ ਉਹ ਤੱਕਦੀ ਰਹਿ ਗਈ ਬਹਾਰ ਤੂੰ ਨਹੀਂ ਆਇਆ ਇੱਕ ਦੋ ਬੋਲ ਸਾਥੀਆਂ ਦੀ ਨਜ਼ਰ ਮੈਂ ਕਰਨਾ ਨਹੀਂ ਆਇਆ ਆਹ
ਰਾਜਾ ਅਨਵਾਰ ਨਾਰੀ ਸਾਹਿਬ ਜੀ ਗੀਤ ਤੁਸੀਂ ਸਾਥੀਆਂ ਦੀ ਨਜ਼ਰ ਕਰ ਸੁਣ ਸੁਣ ਫਿਰ ਉਸ ਤੋਂ ਬਾਅਦ ਦੋ ਦੋ ਸ਼ੇਰ ਪੈਤਾ ਨੇ ਰਾਂਗੇ ਚੋ ਸੁਣ ਸੁਣ ਔਰ ਇੱਕ ਦੋ ਸ਼ੇਰ ਵਾਕਿਆ ਇੱਕ ਗੋਪਾਲ ਆ ਗਿਆ ਆਓ ਜੀ ਰਾਜਾ ਅਨਵਾਰ ਨਾਰੀ ਸਾਹਿਬ Thank you.
ਮਸਤ ਇਤਨਾ ਦਸੀ ਦਾ ਕਿਉਂ ਏ ਪਚਾ ਨਹੀਂ ਸਕਦਾ ਤਪੀ ਦਾ ਕਿਉਂ ਏ ਸ਼ਰਾਬ ਮਾਮੂਦ ਸੌਖਾ ਕੰਮ ਨਹੀਂ ਤੂੰ ਇਤਨਾ ਬਦਨਾਮ ਥੀ ਦਾ ਕਿਉਂ ਏ ਜੰਗ ਦਾ ਦਰ ਖੁਸਾ ਮੁਲਤਾਨੀ ਵਾਹ ਮਾਸਟਰ ਵਾਹ ਲਾਜਾ ਜੰਗ ਦਾ ਦਰ ਖੁਸਾ ਮੁਲਤਾਨੀ ਹੋ ਮੈਨੂੰ ਇਹ ਜੋ ਅੱਜ ਲਲੇ ਦਿਲ ਜਾਨੀ ਤੇ ਕੱਲ ਮੈਂ ਲਾਹੌਰ ਆਏ ਆਏ ਮੈਨੂੰ ਤੇ ਮਸ਼ਹੂਰ ਵਰਾਏ ਮੈਨੂੰ
ਅਲਤਾਫ ਮੇਰੇ ਪਾਣੀ ਮੈਨੂੰ ਅਜੋ ਯਾ ਦਿਲ ਦੇ ਦਿਲ ਜਾਨੀ ਕਲੋ ਮਲ
ਲਓ ਦੋਸਤੋ ਸ਼ੇਰ ਸ਼ਰਮਾ ਜਨਾਬ ਰਾਜਾ ਪ੍ਰਦੇਸ਼ ਸਾਹਿਬ ਸੰਗਰ ਆਵਾਜ਼ ਕੀਤੀ ਇੱਕ ਦੋ ਦੋ ਸ਼ੇਰ ਬਹਿਤਾ ਨੇ ਰੰਗ ਸਾਡੇ ਭਾਈਏ ਰਾਜਾ ਪ੍ਰਵੇਸ਼ ਸਾਹਿਬ ਲੰਗਰ ਨਾਲ ਉਹਨਾਂ ਦੀ ਯਾਦ ਨਾਲ ਔਰ ਜਿਤਨੇ ਵੀ ਤੁਸਾਂ ਇੰਤਜ਼ਾਮੀਆਂ ਦੇ ਦੋਸਤ ਸਾਰਿਆਂ ਦੀ ਯਾਦ ਨਾਲ ਇਹ ਆਖਰੀ ਸੰਬੰਧ ਹੈ। ਇੱਕ ਦੋ ਦੋ ਸ਼ੇਰ ਬਹਿਤਾ ਨੇ ਰੰਗ ਸਾਥੀ ਦੀ ਨਜ਼ਰ ਕਰਦੇ ਹਾਂ।
ਆਲੋ ਬਿਆਲ ਕੀਤਾ
ਸਾਧਾਂ ਨੇ ਰੰਗੀ ਜੀ ਸਾਥੀਆਂ ਦੀ ਨਜ਼ਰ ਉਜਰ ਵਾਜੀ ਵਾ
ਆਖਰੀ ਸੰਬੰਧ ਹੈ ਸਾਡੇ ਹਰਦਿਲ ਮੌਸਮ ਜੀ ਬਾਬਾ ਇਲਿਆਸ ਸਾਹਿਬ ਉਹਨਾਂ ਨੇ ਚਾਹਤ ਨਾਲ ਇਹ ਮੈਂ ਸਾਥੀ ਨੇ ਨਜ਼ਰ ਕਰਨਾ ਅੱਲਾ ਬਾਗ ਬਾਗ ਨੇ ਹਜ਼ੂਰ ਦੁਆ ਗੋ ਵੀ ਆਗੇ ਇਸ ਨੇ ਪੂਰੀ ਅਸਾਂ ਸਾਰਿਆਂ ਦਾ ਖਾਤਮਾ ਵੀ ਹੋਵੇ
ਜਾ ਸਾਡੇ ਭਾਈਏ ਜੀ ਰਾਜਾ ਪਰਵੇਜ਼ ਸਾਹਿਬ ਲੰਗਰ ਪਖਲਾਲ ਤਲਕ ਇਹਨਾਂ ਨੇ ਭਾਈ ਰਾਜਾ ਜਾਵੇਦ ਸਾਹਿਬ ਜਿਹੜੇ ਇਸ ਫਾਨੀ ਦੁਨੀਆ ਤੋਂ ਗੂੰਜ ਕਰਕੇ ਦੁਆਏ ਗੱਲਾਂ ਬਾਗ ਉਹਨਾਂ ਨੇ ਮੰਜ਼ਲ ਆਸਾਨ ਫਰਮਾਇਆ ਔਰ ਸਗੀਰਾ ਕਬੀਰਾ ਗੁਨਾਹ ਮਾਫ ਫਰਮਾਈ ਤੇ ਜੰਨਤ ਅਲਫਿਰਦੌਸ ਵਿੱਚ ਆਲਾ ਦੁਆਲਾ ਮਕਾਮ ਅਤਾ ਫਰਮਾਇਆ। ਉਹਨਾਂ ਦੀ ਯਾਦ ਕਰਨੇ ਹੋਇਓ ਇੱਕ ਸ਼ੇਰ ਮੈਂ ਇਹਨਾਂ ਨੇ ਨਜ਼ਰ ਕਰਨਾ ਔਰ ਫਿਰ ਇੱਕ ਸ਼ੇਰ ਇਟਕਾ ਜੀ ਇਹ ਤੁਸਾਂ ਨੇ ਖਿਦਮਤ ਵਿੱਚ ਪੇਸ਼ ਕਰਸੀ ਫਿਰ ਸਾਥੀਆਂ ਕੋਲ ਇਜਾਜ਼ਤ ਦਿੱਤੀ ਆਵਾਜ਼ ਕੀਤੀ ਆਖਿਆ